23,000 ਸਿੰਘਾਂ ਤੇ ਸਿੰਘਣੇ ਦੀ ਯਾਦ ਵਿੱਚ ਘੱਲੂਘਾਰਾ ਅਕਾਲੀ ਭਾਜਪਾ ਸਰਕਾਰ ਨੇ ਮਲੇਰਕੋਟਲਾ ਦੇ ਪਿੰਡ ਕੁੱਪ ਰੋਹੀੜਾ ਵਿਖੇ ਇੱਕ ਸ਼ਾਨਦਾਰ ਯਾਦਗਾਰ ਬਣਾਈ ਸੀ, ਪਰ ਇਸ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਨਾ ਹੋਣ ਅਤੇ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਹੁਣ ਪਾਵਰਕੌਮ ਨੇ 4,93,939 ਰੁਪਏ ਦਾ ਨੋਟਿਸ ਭੇਜ ਕੇ ਅਦਾਰੇ ਨੂੰ ਬਿੱਲ ਭਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਸਿੱਖ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਹੋਣ ਲਈ ਕਰੋੜਾਂ ਰੁਪਏ ਖਰਚ ਕੇ ਯਾਦਗਾਰਾਂ ਬਣਾਈਆਂ ਗਈਆਂ ਸੀ ਅਤੇ ਉਹਨਾਂ ਦੀ ਦੇਖ ਰੇਖ ਲਈ ਯੋਗ ਸਟਾਫ ਵੀ ਭਰਤੀ ਕੀਤਾ ਗਿਆ ਸੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਸੀ। ਪਰ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ 'ਚ ਆਈ ਹੈ, ਉਸ ਸਮੇਂ ਤੋਂ ਹੀ ਨਾ ਤਾਂ ਨੌਜਵਾਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਇਸ ਇਮਾਰਤ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਬਿਜਲੀ ਦਾ ਬਿੱਲ ਭਰਿਆ ਜਾ ਰਿਹਾ, ਜਿਸ ਦੇ ਚੱਲਦਿਆਂ ਹੁਣ ਪਾਵਰਕੌਮ ਵਿਭਾਗ ਨੇ 4,93,939 ਰੁਪਏ ਦਾ ਨੋਟਿਸ ਭੇਜ ਕੇ ਬਿੱਲ ਭਰਨ ਨੂੰ ਕਿਹਾ। ਜ਼ਿਕਰਯੋਗ ਹੈ ਕਿ ਜੇਕਰ ਇਹ ਬਿੱਲ ਦੀ ਅਦਾਇਗੀ ਨਾ ਕੀਤੀ ਗਈ ਤਾਂ ਇਸਦਾ ਬਿਜਲੀ ਕਨੈਕਸ਼ਨ ਕੱਟਿਆ ਜਾਵੇਗਾ। ਜੋ ਪਿਛਲੀ ਬਾਦਲ ਸਰਕਾਰ ਨੇ ਜੋ ਇਤਿਹਾਸਿਕ ਯਾਦਗਾਰਾਂ ਵਿਰਾਸਤੀ ਬਣਾਈਆਂ ਸੀ, ਜਿਨ੍ਹਾਂ ਦੇ ਵਿੱਚੋਂ ਸਾਡੇ ਵੱਡਾ ਘੱਲੂਘਾਰ ਯਾਦਗਾਰ ਕੁੱਪ ਰੋਹੀੜਾ ਵਿਖੇ ਬਣੀ ਹੋਈ ਹੈ, ਜਿਹਦਾ ਲੱਖਾਂ ਰੁਪਈਏ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ, ਅਤੇ ਹੋਰ ਜੋ ਪਿਛਲੀ ਸਰਕਾਰ ਨੇ ਕੰਪਨੀ ਨਾਲ ਸਾਂਭ ਸੰਭਾਲ ਦਾ ਠੇਕਾ ਦਿੱਤਾ ਸੀ ਉਹਦੀ ਵੀ ਜਿਹੜੀ ਹੈ ਉਹ ਪੇਮੈਂਟ ਨਹੀਂ ਕੀਤੀ, ਉਹ ਵੀ ਕੰਮ ਛੱਡ ਕੇ ਚਲੇ ਗਏ ਨੇ। ਜਦੋਂ ਲੋਕ ਵਿਦੇਸ਼ਾਂ ਤੋਂ, ਇਲਾਕੇ 'ਚੋਂ, ਬਾਹਰਲੀਆਂ ਸਟੇਟਾਂ ਤੋਂ ਇੱਥੇ ਆਉਂਦੇ ਨੇ ਅਤੇ ਲੋਕ ਮਯੂਸ ਹੋ ਕੇ ਵਾਪਸ ਜਾਂਦੇ ਨੇ ਅਤੇ ਉਹ ਸਾਨੂੰ ਵੀ ਟੈਲੀਫੋਨ ਕਰਦੇ ਨੇ ਵੀ, ਪਰ ਅਸੀਂ ਤਾਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹ ਜਿਹੜੀ ਬਹੁਤ ਵੱਡਾ ਉਪਰਾਲਾ ਸੀ ਪਿਛਲੀ ਸਰਕਾਰ ਦਾ, ਜਿਨ੍ਹਾਂ ਨੇ ਵੱਡੇ ਘੱਲੂਘਾਰਾ ਛੋਟਾ ਘੱਲੂਘਾਰਾ ਵਿਰਾਸਤੀ ਜੋ ਬਿਲਡਿੰਗਾਂ ਬਣਾਈਆਂ ਨੇ ਅਤੇ ਉਹਨਾਂ ਨੂੰ ਸਾਂਭ ਸੰਭਾਲ ਛੋਟਾ ਘੱਲੂਘਾਰਾ ਇਹ ਮੌਜੂਦਾ ਸਰਕਾਰ ਦੀ ਫਰਜ਼ ਬਣਦਾ ਵੀ ਉਹਨਾਂ ਦੀ ਸਾਂਭ ਸੰਭਾਲ ਵੀ ਕਰੇ। ਮਲੇਰਕੋਟਲਾ ਤੋਂ ਸੁੱਖਾ ਖਾਨ ਦੇ ਨਾਲ ਬਿਊਰੋ ਰਿਪੋਰਟ, KTV।